ਸ਼ਹਿਰ ਤੋਂ ਕੁਝ ਦੂਰੀ ਦੇ ਸਥਿਤ ਪਿੰਡ ਆਸਲ ਦੇ ਬਾਹਰ ਬਣੀ ਇੱਕ ਇਮਾਰਤ ਵਿੱਚ ਲਾਇਸੈਂਸ ਸ਼ੁਦਾ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦੀ SDM ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਕੇਂਦਰ ਵਿੱਚ ਕਈ ਪ੍ਰਕਾਰ ਦੀਆਂ ਖਾਮੀਆਂ ਪਾਈਆਂ ਗਈਆਂ, ਜਿਸ ਦੇ ਚਲਦਿਆਂ 25 ਦੇ ਕਰੀਬ ਨੌਜਵਾਨਾਂ ਨੂੰ ਛੁਡਾ ਕੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਭੇਜ ਦਿੱਤਾ ਗਿਆ, ਜਿੱਥੇ ਉਹਨਾਂ ਦਾ ਇਲਾਜ ਵਧੀਆ ਢੰਗ ਨਾਲ ਕੀਤਾ ਜਾਵੇਗਾ। ਇਹ ਦਵਾਈ 2 ਦਿਨ ਦਿੱਤੀ, ਮੈਂ ਉਸ ਬੇਹੋਸ਼ ਪਿਆ ਰਿਹਾ, ਮੈਂ ਸ਼ੂਗਰ ਦਾ ਮਰੀਜ਼ ਹੈ ਜੀ। ਇਹ ਪ੍ਰੈਕਟ ਦਿੰਦੇ ਪਤਾ ਨਹੀਂ ਜੀ, ਉਹ ਕਈ ਦਿਨ ਰੱਖਿਆ ਮੋਟਾ ਜਿਹਾ ਭਲਵਾਨ ਜਿਹਾ, ਉਹ ਜੇ ਮੈਂ ਦਵਾਈ ਲੈਣ ਜਾਂਦਾ ਗਾਲੀ ਗਾਲਾਂ ਕੱਢਦਾ ਕੁੜੀਆਂ ਭੈਣਾਂ ਦੀਆਂ, ਅਤੇ ਮੈਂ ਕੋਈ ਗੱਲ ਨਹੀਂ ਇੱਥੇ ਕੱਢ ਲਾ, ਜਿੱਦਾਂ ਮੈਂ ਚਲ ਗਿਆ ਤੇਰੀ ਰਾਤ ਵੜ ਦੇਣੀ, ਮੈਂ ਫਿਰ ਹੋਰ ਕੀ ਕਰੂੰਗਾ, ਇਹੋ ਕਰ ਸਕਦਾ। ਦਵਾਈ ਮੰਗੀ ਦੀ ਆ, ਕਪੂਰ ਥੱਲੇ ਨਸ਼ਾ ਕਰਦੇ ਸੀ ਕਾਹਦਾ? ਹੁਣ ਮਤਲਬ ਤੁਸੀਂ ਕਿਵੇਂ ਜੇ ਠੀਕ ਜੇ, ਕੀ ਜਾਣਾ ਚਾਹੁੰਦੇ ਕਿ ਰਹਿਣਾ ਚਾਹੁੰਦੇ ਹੋ? ਜਾਣਾ ਚਾਹੁੰਦਾ ਘਰੇ ਕੇ ਰਹਿਣਾ ਚਾਹੁੰਦਾ, ਇੱਥੇ ਠੀਕ ਹੈ, ਸਿੱਖਿਆ ਮਿਲਦੀ ਆ, ਸਿੱਖਣ ਨੂੰ ਮਿਲਦਾ। ਹਾਂਜੀ ਭਾਅ ਜੀ, 2014 ਤੋਂ ਅਸੀਂ ਸੈਂਟਰ ਚਲਾ ਰਹੇ ਹੈਗੇ ਹਾਂ, ਸਾਡੇ ਕੋਲ ਕੁੱਲ 25 ਪੇਸ਼ੈਂਟ ਹੈਗੇ ਸੀ, ਅਤੇ ਬਾਕੀ SDM ਦੀ ਗਵਾਹੀ ਹੇਠਾਂ ਟੀਮ ਆਈ ਹੈ, ਸਿਵਲ ਵਾਲੇ ਆਏ ਹੋਏ ਸੀ, ਅਤੇ ਕੁਛ ਪੇਸ਼ੈਂਟ ਜਿਹੜੇ ਕਹਿੰਦੇ ਅਸੀਂ ਜਾਣਾ ਚਾਹੁੰਦੇ ਹੈਗੇ ਹਾਂ, ਤਾਂ ਉਹ ਆਪਣੇ ਕਿਤੇ ਸਿਵਲ ਹੋਸਪਿਟਲ ਸਰ, ਆਪਾਂ ਉੱਥੋਂ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹੈਗੇ ਸੀ, ਉਹ ਪੇਸ਼ੈਂਟ ਚਲੇ ਗਏ ਹੈਗੇ ਨੇ, ਅਤੇ ਕੁਛ ਪੇਸ਼ੈਂਟ ਕਹਿੰਦੇ ਅਸੀਂ ਇੱਥੇ ਕਰਾਉਣਾ ਚਾਹੁੰਦੇ ਹਾਂ, ਵੀ ਅਸੀਂ ਇੱਥੇ ਰਹਿਣਾ ਚਾਹੁੰਦੇ, ਉਹ ਪੇਸ਼ੈਂਟ ਸਾਡੇ ਕੋਲ ਹੈਗੇ ਨੇ। ਹਾਂਜੀ ਸਰ। ਹਾਂਜੀ ਲਾਇਸੈਂਸ ਹੈਗਾ, ਰਜਿਸਟਰਡ ਸੈਂਟਰ 2014 ਤੋਂ ਚੱਲ ਰਿਹਾ ਹੈਗਾ ਜੀ, ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਜੀ। ਹਾਂਜੀ। ਹਾਂਜੀ ਪੇਸ਼ੈਂਟ ਹੈਗੇ ਸਾਡੇ ਕੋਲ, ਕੁਛ ਪੇਸ਼ੈਂਟ ਰਹੇ ਜੀ ਜਿਹੜੇ ਕਹਿੰਦੇ ਅਸੀਂ ਇੱਥੇ ਰਹਿਣਾ ਚਾਹੁੰਦੇ ਹਾਂ, ਬਾਕੀ ਕੁਛ ਪੇਸ਼ੈਂਟ ਚਾਹੁੰਦੇ ਸੀ ਅਸੀਂ ਅਸੀਂ ਜਾਣਾ ਚਾਹੁੰਦੇ ਹੈਗੇ, ਸਿਵਲ ਤੋਂ ਕਰਾਉਣਾ ਚਾਹੁੰਦੇ ਹੈਗੇ ਹਾਂ, ਤਾਂ ਉਹ ਪੇਸ਼ੈਂਟ ਅਸੀਂ ਭੇਜ ਦਿੱਤੇ ਹੈਗੇ ਜੀ। ਹਾਂਜੀ, ਬਿਲਕੁਲ ਫਰੀ ਇਲਾਜ ਹੈ, ਰੋਟੀ ਵੀ ਫਰੀ ਮਿਲਦੀ ਆ, ਦਵਾਈ ਵੀ ਫਰੀ ਆ, ਅਤੇ ਵਧੀਆ ਪ੍ਰਬੰਧ ਆ, ਸਾਰਾ ਕੁਛ ਫਰੀ ਮਿਲਦਾ। ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ SDM ਸਾਹਿਬ ਨੇ ਟੀਮ ਬਣਾ ਕੇ, ਜਿਹਦੇ ਵਿੱਚ SMO ਮੇਰੇ ਵੱਲੋਂ ਅਤੇ ਡਾਕਟਰ ਜਸਪ੍ਰੀਤ ਸਿੰਘ ਜਿਹੜੇ ਰੀਹੈਬ ਸੈਂਟਰ ਭਗਪੁਰ ਦੇ ਇੰਚਾਰਜ ਨੇ, ਟੀਮ ਬਣਾ ਕੇ ਇੱਥੇ ਚੈਕਿੰਗ ਇੰਸਪੈਕਸ਼ਨ ਕੀਤੀ ਗਈ ਅਤੇ ਕਾਫੀ ਕਮੀਆਂ ਪਾਈਆਂ ਗਈਆਂ ਨੇ। ਸਰਕਾਰ ਵੱਲੋਂ ਹੁਕਮ ਨੇ ਵੀ ਸਖਤੀ ਨਾਲ ਵੀ ਜੋ ਨਸ਼ਾ ਛਡਾਉਣ ਵਾਸਤੇ ਐਕਸ਼ਨ ਚੱਲ ਰਿਹਾ, ਉਹਦੇ ਵਿੱਚ ਕੁਛ ਸੈਂਟਰ ਜਿਹੜੇ ਕਿ ਪ੍ਰੋਪਰ ਨਹੀਂ ਚੱਲ ਰਹੇ, ਜਿਹਦੇ 'ਚ ਕਮੀਆਂ ਪੇਸ਼ੀਆਂ ਹੈਗੀਆਂ ਨੇ, ਜਿਸ ਤਰ੍ਹਾਂ ਕਿ ਅੱਜ ਪਾਇਆ ਗਿਆ ਕਿ ਕੁਛ ਮਰੀਜ਼ ਇਲਾਜ ਤੋਂ ਸੈਟਿਸਫਾਈ ਨਹੀਂ ਹੈ। ਅਸੀਂ ਨਵਾਂ ਸਵੇਰਾ ਸੈਂਟਰ ਹੈ ਆਸਲ ਪਿੰਡ ਵਿੱਚ, ਅਤੇ ਸਾਨੂੰ ਸ਼ਿਕਾਇਤ ਆਈ ਸੀ ਵੀ ਉਰੇ ਸੈਂਟਰ ਨੂੰ ਠੀਕ ਤਰ੍ਹਾਂ ਨਹੀਂ ਚਲਾਇਆ ਜਾ ਰਿਹਾ, ਉਹਦੇ ਬੇਸਿਸ 'ਤੇ ਅਸੀਂ ਉਰੇ ਅੱਜ ਇੰਸਪੈਕਸ਼ਨ ਕਰਨ ਆਏ ਹਾਂ, ਅਤੇ ਇਹਦਾ ਰਿਕਾਰਡ ਅਸੀਂ ਸੀਜ਼ ਕੀਤਾ, ਅਤੇ ਪੇਸ਼ੈਂਟਸ ਤੋਂ ਪੁੱਛਿਆ ਵੀ ਉਹਨਾਂ ਦੀ ਕੰਡੀਸ਼ਨ ਕਿਵੇਂ ਹੈ, ਉਹਨਾਂ ਦਾ ਕਿਵੇਂ ਉਰੇ ਇਲਾਜ ਕੀਤਾ ਜਾ ਰਿਹਾ, ਉਸ ਦੇ ਬੇਸਿਸ 'ਤੇ ਅਸੀਂ ਜੇ ਸਾਨੂੰ ਕੋਈ ਕਮੀਆਂ ਪਾਈਆਂ ਗਈਆਂ ਤਾਂ ਅਸੀਂ ਜੋ ਉਰੋਂ ਜਾਣਾ ਚਾਹੁੰਦੇ ਨੇ ਮਰੀਜ਼ ਉਹਨਾਂ ਨੂੰ ਅਸੀਂ ਲੈ ਕੇ ਜਾਵਾਂਗੇ। ਇਹਨਾਂ ਨੂੰ ਸਰਕਾਰੀ ਰੀਹੈਬ ਸੈਂਟਰ 'ਚ ਸ਼ਿਫਟ ਕੀਤਾ ਜਾਊਗਾ।